ਦਰਬਾਰ ਸਾਹਿਬ ਵਾਲੇ ਇਹਨਾਂ ਬੱਚਿਆਂ ਨੂੰ ਖਾਣਾ ਦੇਣ ਵਾਸਤੇ ਆਏ ਸੀ। ਉਹਨਾਂ ਨੇ ਇੱਕ ਜਣੇ ਦੀ ਡਿਊਟੀ ਲਾਈ ਸੀ ਮੇਰੀ, ਤੇ ਉੱਤੋਂ ਇਹ ਸ਼ਹਿਰ ਦਾ ਜਿਹਨੂੰ ਕਹਿ ਦਈਏ SHO ਕਹਿ ਦਈਏ ਜਾਂ ਇੰਚਾਰਜ ਕਹਿ ਦਈਏ ਤੇਜਿੰਦਰਪਾਲ, ਜਿਹਨੇ ਆ ਕੇ ਸ਼ਰਿਆ ਮੇਰੇ ਨਾਲ ਕੁੱਟਮਾਰ ਕੀਤੀ ਆ। ਪੁਲਿਸ ਨੇ ਇਹਨੇ ਸਖ਼ਤ ਕਾਰਵਾਈ ਕਰਨ ਵਾਸਤੇ 144 ਦਫ਼ਾ ਲਾ ਕੇ ਸਾਡੇ ਉੱਤੇ ਲਾਇਆ, ਪਹਿਰਾ ਲਵਾਇਆ ਉਹਨਾਂ ਦਾ, ਉਹਨਾਂ ਬੰਦੂਕਾਂ ਵੀ ਦੇ ਰਹੇ ਕੰਜਰਾ, ਗੋਲੀਆਂ ਮਾਰ ਦੇਣ। ਜੇ ਐਂ ਉਹਨਾਂ ਨੇ ਸਾਡੇ ਨਾਲ ਧੱਕੇਸ਼ਾਹੀ ਕਰਨੀ ਹੈ ਤਾਂ ਉਹਨਾਂ ਨੂੰ ਇੱਕ ਇੱਕ ਬੰਦੂਕਾਂ ਲੈ ਦਿਓ, ਜਿੱਥੇ ਕੋਈ ਘਰੇ ਬੈਠਾ ਤੇ ਉਹਨਾਂ ਗੋਲੀ ਮਾਰ ਦਿਓ। ਬਾਈ ਜੀ ਇਹ ਹੱਥ ਜੋੜ ਕੇ ਬੇਨਤੀ ਜੀ, ਉਹਨਾਂ ਨੂੰ ਖੁੱਲ੍ਹ ਦਿੱਤੀ ਹੈ, ਤੁਹਾਨੂੰ ਬੰਦੂਕਾਂ ਵੀ ਦੇ ਦਿਓ ਗੋਲੀਆਂ ਮਾਰਨ ਵਾਸਤੇ। ਹੱਸ ਕੇ ਆਪਦੇ ਬੱਚਿਆਂ ਨੂੰ ਜ਼ਹਿਰ ਖਵਾ ਦਾਂਗੇ, ਪਰ ਜਿਹੜਾ ਅਤਿਆਚਾਰ ਕਰਦਾ ਸਾਡੇ ਤੋਂ ਅਤਿਆਚਾਰ ਨਹੀਂ ਸਹਿਣ ਹੋਣਾ। ਸਤਿ ਸ੍ਰੀ ਅਕਾਲ ਬਾਈ ਜੀ, ਜੋ ਵੀ ਇਸ ਵੀਡੀਓ ਨੂੰ ਵੇਖ ਰਹੇ ਆ, ਭਾਵੇਂ ਕੋਈ ਪਾਰਟੀ ਆ ਤੇ ਭਾਵੇਂ ਕੋਈ ਆਮ ਜਨਤਾ ਤੇ ਭਾਵੇਂ ਕੋਈ ਵੀ ਸਿਆਸਤ ਵਾਲਾ ਬੰਦਾ, ਮੈਂ ਇੱਕ ਨੂੰ ਨੀ ਕਹਿੰਦਾ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਿਹਾ ਤੇ ਆ ਧਿਆਨ ਦੇ ਨਾਲ ਦੇਖਿਓ ਜੀ। ਇਸ ਦਾ ਕਾਰਨ ਮੈਂ ਤੁਹਾਨੂੰ ਦੱਸ ਦੇਣਾ, ਅਸੀਂ ਇੱਕ ਵੀਡੀਓ ਕਿਉਂ ਬਣਾ ਰਹੇ ਹਾਂ ਮੌਰ ਰੋਡ ਸ੍ਰੀ ਮੁਕਤਸਰ ਸਾਹਿਬ ਤੋਂ, ਕਿ ਸਾਨੂੰ ਦਰਬਾਰ ਸਾਹਿਬ ਵਾਲੇ ਇਹਨਾਂ ਬੱਚਿਆਂ ਨੂੰ ਖਾਣਾ ਦੇਣ ਵਾਸਤੇ ਆਏ ਸੀ। ਉਹਨਾਂ ਨੇ ਇੱਕ ਜਣੇ ਦੀ ਡਿਊਟੀ ਲਾਈ ਸੀ ਮੇਰੀ, ਕਿਹਾ ਸੀਗਾ ਵੀ ਇੱਕ ਜਣਾ ਆ ਕੇ ਤੇ ਰਾਸ਼ਨ ਪਾਣੀ ਲਿਜਾ ਕੇ ਘਰਾਂ ਦੇ ਵਿੱਚ ਦੇਣ ਦੀ ਜ਼ਿੰਮੇਵਾਰੀ ਲਾਈ ਸੀ, ਸੇਵਾ ਲਾਈ ਸੀ, ਸੇਵਾ ਨਿਭਾ ਰਿਹਾ ਸੀ। ਤੇ ਉੱਤੋਂ ਇਹ ਸ਼ਹਿਰ ਦਾ ਜਿਹਨੂੰ ਕਹਿ ਦਈਏ SHO ਕਹਿ ਦਈਏ ਜਾਂ ਇੰਚਾਰਜ ਕਹਿ ਦਈਏ ਤੇਜਿੰਦਰਪਾਲ, ਜਿਹਨੇ ਆ ਕੇ ਸ਼ਰਿਆ ਮੇਰੇ ਨਾਲ ਕੁੱਟਮਾਰ ਕੀਤੀ ਆ। ਮੋਦੀ ਨੂੰ ਕਹਿ, ਜੇ ਪੁਲਿਸ ਨੇ ਇਹਨੇ ਸਖ਼ਤ ਕਾਰਵਾਈ ਕਰਨ ਵਾਸਤੇ 144 ਦਫ਼ਾ ਲਾ ਕੇ ਸਾਡੇ ਉੱਤੇ ਲਾਇਆ, ਪਹਿਰਾ ਲਵਾਇਆ ਉਹਨਾਂ ਦਾ, ਉਹਨਾਂ ਬੰਦੂਕਾਂ ਵੀ ਦੇ ਰਹੇ ਕੰਜਰਾ, ਗੋਲੀਆਂ ਮਾਰ ਦੇਣ। ਆਹ ਵੇਖੋ ਆਹ ਹੈਂਡੀਕੈਪ, ਕਦੋਂ ਦੀ ਵੇਟ ਕਰ ਰਿਹਾ ਸੀ, ਦੋ ਪ੍ਰਸ਼ਾਦੇ ਆਉਣਗੇ, ਕੋਈ ਰੋਟੀ ਆਉਣਗੀਆਂ, ਮੈਂ ਖਾਊਂਗਾ। ਆਹ ਵੇਖੋ ਨਿੱਕੇ ਨਿੱਕੇ ਜਵਾਕ, ਜੇ ਐਂ ਕਰਦੇ ਤਾਂ ਅੰਦਰ ਗੋਲੀ ਮਾਰ ਦਿਓ, ਡਾਂਗਾ ਨਾ ਮਰਾਓ ਕਿਸੇ ਗਰੀਬ ਤੇ, ਨਹੀਂ ਕੁਛ ਪੱਲਿਓ ਦੇ ਸਕਦੇ ਨਾ, ਤੇ ਜਿਹੜਾ ਮਿਲਦਾ ਉਹ ਵੀ ਨਾ ਖਾਣ ਦਿਓ। ਜੇ ਤੁਸੀਂ ਨਹੀਂ ਜੇਬ ਦੇ ਵਿੱਚੋਂ ਦੇ ਸਕਦੇ, ਤਨਖਾਹਾਂ ਵਿੱਚੋਂ ਨਹੀਂ ਦੇ ਸਕਦੇ, ਕਿਸੇ ਦੀ ਮਦਦ ਨਹੀਂ ਕਰ ਸਕਦੇ, ਕਿਸੇ ਦੀ ਗੱਲ ਨਹੀਂ ਸੁਣ ਸਕਦੇ, ਤਾਂ ਜੇ ਕੋਈ ਬਾਹਰੋਂ ਆ ਕੇ ਸਾਨੂੰ ਰੋਟੀ ਦੇ ਰਿਹਾ, ਇਹਨਾਂ ਗਰੀਬਾਂ ਨੂੰ ਦੇ ਰਿਹਾ ਢਿੱਡ ਭਰਨ ਵਾਸਤੇ, ਜਿਹੜੇ ਤਿੰਨ ਤਿੰਨ ਦਿਨਾਂ ਦੇ ਭੁੱਖੇ ਬੈਠੇ ਆ, ਉਹਨਾਂ ਨੂੰ ਤਾਂ ਦੇ ਰਹੇ ਹੁੰਦੇ, ਕਿਉਂ ਅਤਿਆਚਾਰ ਕਰਦੇ ਹੋ? ਜਦੋਂ ਉਹਨੇ ਇੱਕ ਵੀ ਗੱਲ ਨਹੀਂ ਸੁਣੀ ਮਰਥੋਂ, ਮੈਂ ਜਦੋਂ ਉਹਨੂੰ ਕਹਿ ਰਿਹਾ ਵਾਰ ਵਾਰ ਮਿਹਨਤ ਕਰ ਰਿਹਾ, ਬਾਈ ਜੀ ਲੰਗਰ ਵਾਲਿਆਂ ਨੇ ਫੋਨ ਕੀਤਾ, ਮੇਰੇ ਕੋਲ ਬਕਾਇਦਾ ਫੋਨ ਵੀ ਆ, ਨਹੀਂ ਯਕੀਨ ਤਾਂ ਫੋਨ ਕਰਕੇ ਤੁਸੀਂ ਪੁੱਛ ਲਿਓ। ਜਿਹੜਾ ਗੱਡੀ ਲੈ ਕੇ ਆਇਆ ਸੀਗਾ ਦਰਬਾਰ ਸਾਹਿਬ ਦਾ ਸੇਵਾਦਾਰ ਬਾਈ ਕਰਨੈਲ ਸਿੰਘ ਜੀ ਖਾਲਸਾ, ਜੋ ਖਾਲਸਾ ਅਮਰਿੰਦਰ ਸਿੰਘ ਜੀ ਨੇ ਭੇਜਿਆ ਹੋਇਆ ਸੀਗਾ, ਮੈਂ ਬਾਈ ਜੀ ਇਹਨਾਂ ਨਾਲ ਗੱਲ ਕਰ ਲਓ, ਅੱਗੋਂ ਆਉਂਦਾ ਉਹ ਕੌਣ? ਜੇ ਐਂ ਉਹਨਾਂ ਨੇ ਸਾਡੇ ਨਾਲ ਧੱਕੇਸ਼ਾਹੀ ਕਰਨੀ ਹੈ ਤਾਂ ਉਹਨਾਂ ਨੂੰ ਇੱਕ ਇੱਕ ਬੰਦੂਕਾਂ ਲੈ ਦਿਓ, ਜਿੱਥੇ ਕੋਈ ਘਰੇ ਬੈਠਾ ਤੇ ਉਹਨਾਂ ਗੋਲੀ ਮਾਰ ਦਿਓ, ਬਾਹਰ ਤਾਂ ਆਉਣ ਰਹਿ ਨਹੀਂ ਗਏ, ਘਰੇ ਵੜ ਵੜ ਕੇ ਗੋਲੀਆਂ ਮਾਰ ਦਿਓ। ਬਾਈ ਜੀ ਇਹ ਹੱਥ ਜੋੜ ਕੇ ਬੇਨਤੀ ਜੀ, ਉਹਨਾਂ ਨੂੰ ਖੁੱਲ੍ਹ ਦਿੱਤੀ ਹੈ, ਤੁਹਾਨੂੰ ਬੰਦੂਕਾਂ ਵੀ ਦੇ ਦਿਓ ਗੋਲੀਆਂ ਮਾਰਨ ਵਾਸਤੇ। ਆਹ ਤੇਜਿੰਦਰਪਾਲ ਹੈ ਕੌਣ? ਹੈ ਆਪਣੇ ਆਪ ਨੂੰ ਤਾਂ ਕਹਿੰਦਾ ਇੰਚਾਰਜ ਆ, ਤੇ ਕਿਹੜਾ ਇੰਚਾਰਜ ਆ ਇਹ? ਤੇ ਮੇਰੀ ਇਹੀ ਹੱਥ ਜੋੜ ਕੇ ਬੇਨਤੀ ਆ, ਜੇ ਇਹੋ ਅਫਸਰਾਂ ਡਿਊਟੀ ਲਾਉਣੀ ਆ ਨਾ, ਇਹੋ ਅਫਸਰਾਂ ਨਾਲ ਸਾਨੂੰ ਜ਼ਹਿਰ ਦੇ ਦਿਓ, ਗੋਲੀ ਮਾਰ ਦਿਓ, ਅਸੀਂ ਹੱਸ ਕੇ ਗੋਲੀ ਸਹਿ ਲਾਂਗੇ, ਹੱਸ ਕੇ ਆਪਦੇ ਬੱਚਿਆਂ ਨੂੰ ਜ਼ਹਿਰ ਖਵਾ ਦਾਂਗੇ, ਪਰ ਜਿਹੜਾ ਅਤਿਆਚਾਰ ਕਰਦਾ ਸਾਡੇ ਤੋਂ ਅਤਿਆਚਾਰ ਨਹੀਂ ਸਹਿਣ ਹੋਣਾ।
ਤੇ ਆਹੀ ਬੇਨਤੀ ਆਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।